ਨਹੀਂ ਦੱਸਦੇ ਭਰਾਵਾ ਕਿੰਨੇ ਨਾ ਨਾ ਜੀ ਕਿਹੜਾ 31-32 ਹੁਣ ਸਿਰਫ 28,999 ਰੁਪਏ ਦੇ ਵਿੱਚ ਆਪਾਂ ਸਕੂਟਰੀ ਦੇ ਰਹੇ ਹਾਂ ਜੀ 28,999 ਸਿਰਫ ਹੀ ਹਾਂਜੀ ਯਾਰ ਇਹ ਤਾਂ ਬਾਈ ਮੈਨੂੰ ਵੀ ਸੋਚਾਂ ਚ ਪਾਉਣ ਵਾਲੀ ਗੱਲ ਕਰਤੀ ਹੈ 28,999 ਦੀ ਬੈਟਰੀਆਂ ਹੈਗੀਆਂ ਕਿ ਬਿਨਾਂ ਬਿਲਕੁਲ ਜੀ ਬਿਲਕੁਲ ਲੋਕਾਂ ਵਾਂਗੂ ਝੂਠ ਨਹੀਂ ਹੈ ਜੀ ਵਿੱਚ ਬੈਟਰੀਆਂ ਮਿਲਣਗੀਆਂ ਚਾਰਜਰ ਵਿੱਚ ਮਿਲੇਗਾ ਸਾਡੇ ਕੋਲ ਸਕੂਟਰੀ ਲੈਣ ਆਊਗਾ ਉਹਨੂੰ ਇੱਕ ਆਪਾਂ ਨਾਲ ਲੱਕੀ ਕੂਪਨ ਫ੍ਰੀ ਦੇ ਰਹੇ ਹਾਂ ਜੀ ਲੱਕੀ ਕੂਪਨ ਨਾਲ ਫ੍ਰੀ ਹਾਂਜੀ ਉਹਦੇ ਵਿੱਚ ਇਹ ਜੇ ਕੀ ਨਾਮ ਹੈ ਬਈ ਕੀ ਸਭ ਉਹਦੇ ਵਿੱਚ ਆਪਾਂ ਬੋਲਟ ਮੋਟਰਸਾਈਕਲ ਜਾਂ ਬੈਟਰੀ ਵਾਲੀ ਸਕੂਟਰੀ ਜਾਂ ਹੋਰ ਬਹੁਤ ਇਨਾਮ ਜਿੱਤਣ ਦਾ ਮਤਲਬ ਕਰ ਸਕਦੇ ਹਾਂ ਜੀ ਮੌਕਾ ਪਾ ਸਕਦੇ ਹਾਂ ਲੈ ਭਰਾ ਨਾਲੇ ਤਾਂ ਲੈ ਜਾਓ ਸਕੂਟਰੀ ਤੇ ਨਾਲੇ ਬੁਲਟ ਜਿੱਤਣ ਦਾ ਉਹੀ ਮੌਕਾ ਫ੍ਰੀ ਚ ਹੀ ਹੈ ਉਹ ਫ੍ਰੀ ਚ ਹੀ ਹੈ ਨਾ ਬਿਲਕੁਲ ਜੀ ਹਾਂਜੀ ਹੁਣ ਸਾਡੇ ਭਰਾ ਹੈ ਜਿਹੜੇ ਵੀਡੀਓ ਨੂੰ ਸ਼ੇਅਰ ਵੀ ਬਹੁਤ ਕਰਨਗੇ ਕਿਉਂਕਿ ਉਹ ਤਾਂ ਲੱਗ ਕੇ ਸ਼ੁਰੂ 'ਚ ਦੇਖਣ ਸਾਰੇ ਸ਼ੇਅਰ ਕਰਨਾ ਬਿਲਕੁਲ ਜੀ ਫਿਰ ਉਹਨਾਂ ਨੂੰ ਯਾਰ ਦੇਖੋ ਬਣਦਾ ਹੈ ਆਪਾਂ ਉਹਨਾਂ ਨੂੰ ਵੀ ਆਫਰ ਦੇਵਾਂਗੇ ਜੀ ਅੱਛਾ ਉਹਨਾਂ ਨੂੰ ਕੀ ਦੇਣਾ ਫਿਰ ਉਹਨਾਂ ਨੂੰ ਵੀ ਦੱਸ ਦਿਓ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰੂਗਾ ਜੀ ਹਾਂ ਠੀਕ ਹੈ ਜੀ ਉਹਨੂੰ ਆਪਾਂ ਇੱਕ ਲੱਕੀ ਕੂਪਨ ਫ੍ਰੀ ਦੇਵਾਂਗੇ ਉਹਨੂੰ ਵੀ ਉਹੀ ਬੁਲਟ ਵਾਲੇ ਹਾਂਜੀ ਬਿਲਕੁਲ ਜੀ ਬਿਲਕੁਲ ਯਾਨੀ ਕਿ ਜਿਹੜਾ ਸਕੂਟਰੀ ਲੈ ਕੇ ਉਹਨੂੰ ਵੀ ਬੁਲਟ ਜਿਹੜਾ ਸ਼ੇਅਰ ਕਰੂ ਉਹਨੂੰ ਵੀ ਬੁਲਟ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਾਡੇ ਕੋਲ ਸਕੂਟਰੀ ਲੈਣਾ ਹੋਊਗਾ ਉਹਨੂੰ ਆਪਾਂ ਦੋ ਲੱਕੀ ਕੂਪਨ ਫ੍ਰੀ ਦੇਵਾਂਗੇ ਜੀ ਸਾਡੇ ਕੋਲ 28,999 ਦੀ ਸਕੂਟਰੀ ਮਿਲੂਗੀ ਔਰ ਉਹ ਵੀ ਇੱਕ ਚੀਜ਼ ਹੋਰ ਹੈ ਜੀ ਆਸਾਨ ਕਿਸ਼ਤਾਂ 'ਚ ਵੀ ਦੇ ਸਕਦੇ ਹਾਂ ਆਪਾਂ ਯਾਨੀ ਕਿ ਫਾਈਨੈਂਸ ਦਾ ਹਾਂਜੀ ਫਾਈਨੈਂਸ ਦਾ ਪ੍ਰਬੰਧ ਹੈ ਆਪਣੇ ਕੋਲ ਕੋਈ ਕਸਟਮਰ ਚਲੋ ਪੂਰੀ ਅਮਾਊਂਟ ਨਹੀਂ ਦੇ ਸਕਦਾ ਤਾਂ ਆਪਾਂ ਉਹਨੂੰ 28,999 ਰੁਪਏ ਦਾ ਫਾਈਨਾਂਸ ਕਰਕੇ ਦੇਵਾਂਗੇ ਹੋ ਸਕਦਾ ਆਪਾਂ ਉਹਨੂੰ 500 ਰੁਪਏ ਭਰਾ ਕੇ ਸਕੂਟਰੀ ਦੇ ਦਈਏ ਵੀ ਜਿਹੜਾ ਇਹ ਤਿਉਹਾਰਾਂ ਦਾ ਟਾਈਮ ਹੈ ਦੀਵਾਲੀ ਦਾ ਟਾਈਮ ਹੈਗਾ ਇਹ ਤੇ ਕੁਛ ਨਾ ਨਵੇਂ ਮਤਲਬ ਦੁਕਾਨਦਾਰ ਜਿਵੇਂ ਕਹਿੰਦੇ ਵੀ ਪੈਦਾ ਹੁੰਦੇ ਹੈਗੇ ਲੋਲੀਪੌਪ ਲੈ ਕੇ ਆਉਂਦੇ ਆ ਜੀ ਹਾਂ ਉਹ ਦੀਵਾਲੀ ਦਾ ਸੀਜ਼ਨ ਲਾ ਕੇ ਗਾਇਬ ਹੋ ਜਾਂਦੇ ਆ ਔਰ ਲੋਕ ਉਹਨਾਂ ਦੇ ਜਾਲ 'ਚ ਫਸ ਜਾਂਦੇ ਆ ਜਿਵੇਂ ਕਿ ਇਸ ਟਾਈਮ ਵੀ ਕੁਛ ਥੋੜ੍ਹਾ ਬਹੁਤ ਆਪਣੀ ਮਾਰਕੀਟ ਦੇ ਵਿੱਚ ਵੀ ਨਵੇਂ ਦੁਕਾਨਦਾਰ ਆਏ ਨੇ ਹੋ ਸਕਦਾ ਉਹੀ ਗੱਲ ਹੈ ਵੀ ਉਹ ਦੀਵਾਲੀ ਲਾ ਕੇ ਭੱਜਾ ਦਾ ਹਾਂਜੀ ਮਤਲਬ ਭੋਲੇ ਭਾਲੇ ਲੋਕ ਉਹਦੇ 'ਚ ਫਸ ਜਾਂਦੇ ਆ ਜੀ 500-400 ਦੇ ਲਾਲਚ ਨਾਲ ਤਾਂ ਮੇਰੀ ਗੁਜ਼ਾਰਿਸ਼ ਹੈ ਵੀ ਉੱਧਰ ਨਾ ਫਸਣ ਇਸ ਤਰ੍ਹਾਂ ਦੇ ਦੁਕਾਨਦਾਰਾਂ ਵੱਲ ਠੀਕ ਹੈ ਔਰ ਜੈਨੂਨ ਦੁਕਾਨ ਤੋਂ ਹੀ ਸਮਾਨ ਲੈਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਹੁਣ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਤਿਉਹਾਰਾਂ ਦਾ ਜਿਹੜਾ ਸਮਾਂ ਹੈਗਾ ਤਿਉਹਾਰਾਂ ਦੇ ਦਿਨ ਹੈ ਸੀਜ਼ਨ ਆ ਜਿਹੜਾ ਤਿਉਹਾਰਾਂ ਦਾ ਚੱਲ ਰਿਹਾ ਅਤੇ ਦੀਵਾਲੀ ਹੈ ਜਿਹੜੀ ਬਹੁਤ ਨੇੜੇ ਹੈ ਨਜ਼ਦੀਕ ਹੈ ਤਾਂ ਇਹਨਾਂ ਤਿਉਹਾਰਾਂ ਦੇ ਮੱਦੇਨਜ਼ਰ ਸਾਰੀਆਂ ਤਕਰੀਬਨ ਕੰਪਨੀਆਂ ਵੱਲੋਂ ਵਹੀਕਲਾਂ ਦੀਆਂ ਕੰਪਨੀਆਂ ਹੋ ਗਈਆਂ ਇਲੈਕਟ੍ਰੋਨਿਕ ਦੀਆਂ ਕੰਪਨੀਆਂ ਹੋ ਗਈਆਂ ਜਾਂ ਹੋਰ ਗਿਫਟ ਕੰਪਨੀਆਂ ਹੋ ਗਈਆਂ ਸਾਰੀਆਂ ਕੰਪਨੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਔਫਰ ਹੈ ਉਹ ਚਲਾਏ ਜਾਂਦੇ ਲੇਕਿਨ ਔਫਰ ਜਿਹੜੇ ਕਈ ਵਾਰ ਦੁਕਾਨਾਂ ਜਾਂ ਸ਼ੋਰੂਮਾਂ ਤੱਕ ਹੀ ਜਿਹੜੇ ਸੀਮਤ ਹੈ ਰਹਿ ਜਾਂਦੇ ਆ ਅਤੇ ਉਹ ਜਿਹੜੇ ਕਸਟਮਰ ਤੱਕ ਜਾਂ ਗਾਹਕਾਂ ਤੱਕ ਹੈ ਨਹੀਂ ਪਹੁੰਚਦੇ ਜਿਹਦੇ ਕਰਕੇ ਕਿ ਵੱਡੇ ਮੁਨਾਫੇ ਲੈਣ ਤੋਂ ਗਾਹਕ ਹੈ ਜਿਹੜੇ ਵਾਂਝੇ ਰਹਿ ਜਾਂਦੇ ਆ ਤਾਂ ਇਹਨਾਂ ਹੀ ਔਫਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਅਸੀਂ ਉਪਰਾਲੇ ਕਰਦੇ ਹਾਂ ਤਕਰੀਬਨ ਜਿੱਥੇ ਵੀ ਕੋਈ ਵੱਡੇ ਔਫਰ ਲੱਗੇ ਹੁੰਦੇ ਆ ਤਾਂ ਉੱਥੇ ਪਹੁੰਚ ਕੇ ਅਸੀਂ ਵੀਡੀਓ ਰਾਹੀਂ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਉਹਨਾਂ ਔਫਰਾਂ ਨੂੰ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਵੀਡੀਓ ਹੈ ਜਿਹੜੀ ਤੁਹਾਡੇ ਬਹੁਤ ਜ਼ਿਆਦਾ ਕੰਮ ਦੀ ਹੈ ਬਹੁਤ ਜ਼ਿਆਦਾ ਕੰਮ ਦੀ ਹੈ ਤੁਹਾਡੇ ਕਰੀਬੀਆਂ ਦੇ ਕੰਮ ਦੀ ਹੈ ਤੁਹਾਡੇ ਸਗੇ ਸੰਬੰਧੀਆਂ ਦੇ ਕੰਮ ਦੀ ਹੈ ਰਿਸ਼ਤੇਦਾਰਾਂ ਦੇ ਕੰਮ ਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲੱਗ ਜਾਓ ਅਤੇ ਦੂਸਰਾ ਇਸ ਵੀਡੀਓ ਨੂੰ ਸੇਵ ਵੀ ਕਰਕੇ ਰੱਖ ਲਓ ਕਿਉਂਕਿ ਇਹ ਕਾਫੀ ਸਮਾਂ ਤੁਹਾਡੇ ਜਿਹੜੀ ਕੰਮ ਹੈ ਵੀਡੀਓ ਆਉਣੀ ਹੈ ਜਾਣਕਾਰੀ ਵਾਲੀ ਵੀਡੀਓ ਹੈ ਅੱਜ ਅਸੀਂ ਜਿਹੜਾ ਹੈਗੇ ਹਾਂ ਇਸ ਟਾਈਮ ਬਾਲਾ ਜੀ ਮੋਟਰਸ ਸਰਦੂਲਗੜ੍ਹ ਇਹ ਜਿਹੜਾ ਆਪਾਂ ਸਰਦੂਲਗੜ੍ਹ ਤੋਂ ਜਦੋਂ ਸਰਸਾ ਵੱਲ ਨੂੰ ਜਾਂਦੇ ਹਾਂ ਤਾਂ ਜਿਹੜਾ ਹੈਗਾ ਨਿਆਰਾ ਪੰਪ ਹੈ ਉਸ ਤੋਂ ਤਕਰੀਬਨ 100-150 ਮੀਟਰ ਪਹਿਲਾਂ ਅਤੇ ਬੱਸ ਸਟੈਂਡ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਸਰਸਾ ਰੋਡ 'ਤੇ ਇਹ ਜਿਹੜਾ
ਸ਼ੋਰੂਮ ਹੈਗਾ ਬਾਲਾਜੀ ਮੋਟਰਜ਼ ਇਲੈਕਟ੍ਰੋਨਿਕ ਸਕੂਟਰੀਆਂ ਦਾ ਜਿਹੜਾ ਇਹ ਸ਼ੋਰੂਮ ਹੈ ਇਲੈਕਟ੍ਰੋਨਿਕ ਸਕੂਟਰੀਆਂ ਸਕੂਟਰ ਇੱਥੇ ਅਵੇਲੇਬਲ ਹੈ ਅਤੇ ਰਿਪੇਅਰ ਵਗੈਰਾ ਦਾ ਵੀ ਖਾਸ ਪ੍ਰਬੰਧ ਆ ਅਤੇ ਇਹਨਾਂ ਵੀਰਾਂ ਨੇ ਨਾ ਖਾਸ ਵੱਡੇ ਔਫਰ ਲਾਏ ਹੋਏ ਆ ਜਿਹੜੀ ਸਕੂਟਰੀ ਨਾ 40-45 ਹਜ਼ਾਰ ਦੀ ਹੁੰਦੀ ਸੀ ਅਤੇ ਉਹਦੇ ਇੰਨੇ ਕੁ ਡਿਸਕਾਊਂਟ ਆ ਤੁਸੀਂ ਸੋਚ ਵੀ ਨਹੀਂ ਸਕਦੇ ਐਡੇ ਵੱਡੇ ਵੱਡੇ ਔਫਰ ਲਾਏ ਹੋਏ ਆ ਅਤੇ ਸਾਡੇ ਨਾਲ ਆ ਜਿਹੜੇ ਇੱਥੋਂ ਦੇ ਇਸ ਸ਼ੋਰੂਮ ਦੇ ਬਾਲਾਜੀ ਮੋਟਰ ਦੇ ਓਨਰ ਪ੍ਰਵੀਨ ਕੁਮਾਰ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਜੀ ਤੁਹਾਡਾ ਸਵਾਗਤ ਪ੍ਰਵੀਨ ਜੀ ਜਿਵੇਂ ਵੱਖ ਵੱਖ ਕੰਪਨੀਆਂ ਨੇ ਹੋਰ ਆ ਜਿਹੜੇ ਔਫਰ ਲਾਏ ਹੋਏ ਆ ਹਾਂਜੀ ਅਤੇ ਮੇਰੇ ਖਿਆਲ ਦੇ ਵਿੱਚ ਜਿਵੇਂ ਹੁਣ ਪਿੱਛੇ ਜੇ ਆਪਾਂ ਸਕੂਟਰੀ ਦਾ ਰੇਟ 35-36 ਹਜ਼ਾਰ ਰੁਪਇਆ ਰੱਖਿਆ ਸੀ ਹੈ ਨਾ ਹਾਂਜੀ 35 ਅਤੇ ਮੇਰੇ ਖਿਆਲ 'ਚ ਹੁਣ 30-32 ਕਰਤਾ ਹੋਊਗਾ ਇੰਨਾ ਕੀ ਹੈ ਨਹੀਂ ਜੀ ਹੈ ਨਹੀਂ ਜੀ ਨਹੀਂ 31 ਨਹੀਂ ਜੀ ਇੱਦੋਂ ਵੀ ਘੱਟ ਹੈ ਇੱਦੋਂ ਵੀ ਘੱਟ ਹੈ ਜੀ ਉਹ ਭਰਾਵੋ ਮੈਨੂੰ ਲੱਗਦਾ 20 ਹਜ਼ਾਰ ਦਾ ਤਾਂ ਸਾਈਕਲ ਹੀ ਹੈ ਚੰਗਾ ਸਾਈਕਲ ਲੈਣਾ ਹੋਵੇ ਮੈਨੂੰ ਲੱਗਦਾ ਹੈ ਨਾ ਅਤੇ ਹੁਣ ਭਰਾਵੋ ਮੇਰੇ ਤਾਂ ਅੰਦਾਜ਼ੇ ਤੋਂ ਬਾਹਰ ਹੋ ਗਿਆ ਮੈਨੂੰ ਤਾਂ ਨਹੀਂ ਸੀ ਮਹਾਂ 34-35 ਦਾ ਲਾਇਆ ਹੋਊਗਾ ਹੁਣ 31-32 ਦਾ ਹੋਊਗਾ ਤੂੰ ਹੀ ਦੱਸ ਦੇ ਭਰਾਵਾ ਕਿੰਨੇ ਨਾ ਨਾ ਜੀ ਕਿਹੜਾ 31-32 ਹੁਣ ਸਿਰਫ 28,999 ਰੁਪਏ ਦੇ ਵਿੱਚ ਆਪਾਂ ਸਕੂਟਰੀ ਦੇ ਰਹੇ ਹਾਂ ਜੀ 28,999 ਸਿਰਫ ਹੀ ਹਾਂਜੀ ਯਾਰ ਇਹ ਤਾਂ ਬਾਈ ਮੈਨੂੰ ਵੀ ਸੋਚਾਂ 'ਚ ਪਾਉਣ ਵਾਲੀ ਗੱਲ ਕਰਤੀ ਹੈ 28,999 ਦੀ ਬੈਟਰੀਆਂ ਹੈਗੀਆਂ ਕਿ ਬਿਨਾਂ ਬਿਲਕੁਲ ਜੀ ਬਿਲਕੁਲ ਲੋਕਾਂ ਵਾਂਗੂ ਝੂਠ ਨਹੀਂ ਹੈ ਜੀ ਵਿੱਚ ਬੈਟਰੀਆਂ ਮਿਲਣਗੀਆਂ ਚਾਰਜਰ ਵਿੱਚ ਮਿਲੇਗਾ ਚਾਰਜਰ ਵੀ ਨਾਲ ਬੈਟਰੀਆਂ ਵੀ ਨਾਲ ਜਾਣੀ ਕਿ ਬ੍ਰੈਂਡ ਨਿਊ ਚਾਲੂ ਹਾਂਜੀ ਇਹ ਨਹੀਂ ਹੈਗਾ ਵੀ ਯਾਰ ਬੈਟਰੀਆਂ ਤੁਹਾਨੂੰ ਐਕਸਟਰਾ ਤਰ੍ਹਾਂ ਨਹੀਂ ਜੀ ਨਹੀਂ ਨਹੀਂ ਜੀ ਲੋਕਾਂ ਵਾਲਾ ਕੋਈ ਉਹ ਨਹੀਂ ਝੂਠ 'ਚ ਪਾ ਨਹੀਂ ਹੈਗਾ ਜੀ ਸਾਡੇ ਕੋਲ ਅਸੀਂ ਚੱਲਦੀ ਸਕੂਟਰੀ ਦੇਵਾਂਗੇ 28,999 ਰੁਪਏ ਦੇ ਵਿੱਚ ਕਮਾਲ ਹੀ ਹੋ ਗਈ ਭਰਾਵੋ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਨਾ ਵੀ ਵੀਡੀਓ ਸਾਡੇ ਜਿਹੜੀ ਬਾਹਲੀ ਕੰਮ ਦੀ ਹੈ ਬਾਹਲੀ ਜ਼ਿਆਦਾ ਕੰਮ ਦੀ ਹੈ ਅਤੇ ਹੋਈ ਨਾ ਉਹੀ ਗੱਲ ਮੈਨੂੰ ਤਾਂ ਇਹ ਸੀ ਭਰਾਵੋ ਸਹੀ ਗੱਲ ਦੱਸਾਂ ਵੀ 31-32 ਹਜ਼ਾਰ ਦੀ ਸਕੂਟਰੀ ਮਿਲੂਗੀ ਅਤੇ ਮੈਨੂੰ ਪਤਾ ਸੀ ਕਿਉਂਕਿ ਮੈਨੂੰ 7-8 ਹਜ਼ਾਰ ਦੀ ਤਾਂ ਬੈਟਰੀ ਹੈ ਹਨਾ ਬਿਲਕੁਲ ਜੀ ਬਿਲਕੁਲ ਹਾਂ ਅਤੇ ਐਂ ਲਾ ਲਓ ਵੀ ਸਕੂਟਰੀ ਦਾ ਮੁੱਲ ਤਾਂ 20-22 ਹਜ਼ਾਰ ਹੀ ਰਹਿ ਗਿਆ ਯਾਰ ਕੁਛ ਵੀ ਨਹੀਂ ਹੈਗਾ ਇਸ ਤੋਂ ਬਿਨਾਂ ਵੀ ਆਪਾਂ ਹੋਰ ਬਹੁਤ ਔਫਰ ਦੇ ਰਹੇ ਹਾਂ ਜੀ ਕਿ ਸਿਰਫ 28,999 ਇਸ ਤੋਂ ਬਿਨਾਂ ਆਪਾਂ ਔਫਰ ਦੇ ਰਹੇ ਹਾਂ ਜੀ ਇਹਦੇ 'ਤੇ ਜੇ ਕੋਈ ਵੀ ਕਸਟਮਰ ਸਾਡੇ ਕੋਲ ਸਕੂਟਰੀ ਲੈਣ ਆਊਗਾ ਉਹਨੂੰ ਇੱਕ ਆਪਾਂ ਨਾਲ ਲੱਕੀ ਕੂਪਨ ਫ੍ਰੀ ਦੇ ਰਹੇ ਹਾਂ ਜੀ ਲੱਕੀ ਕੂਪਨ ਨਾਲ ਫ੍ਰੀ ਹਾਂਜੀ ਉਹਦੇ ਵਿੱਚ ਇਹੋ ਜਿਹੇ ਕੀ ਨਾਮ ਹੈ ਬਈ ਕੀ ਸਭ ਉਹਦੇ ਵਿੱਚ ਆਪਾਂ ਬੋਲਟ ਮੋਟਰਸਾਈਕਲ ਜਾਂ ਬੈਟਰੀ ਵਾਲੀ ਸਕੂਟਰੀ ਜਾਂ ਹੋਰ ਬਹੁਤ ਇਨਾਮ ਜਿੱਤਣ ਦਾ ਮਤਲਬ ਕਰ ਸਕਦੇ ਹਾਂ ਜੀ ਮੌਕਾ ਪਾ ਸਕਦੇ ਹਾਂ ਲੈ ਭਰਾਵਾ ਨਾਲੇ ਤਾਂ ਲੈ ਜਾਓ ਸਕੂਟਰੀ ਅਤੇ ਨਾਲੇ ਬੁਲਟ ਜਿੱਤਣ ਦਾ ਉਹੀ ਮੌਕਾ ਫ੍ਰੀ 'ਚ ਹੈ ਉਹ ਫ੍ਰੀ 'ਚ ਹੈ ਨਾ ਬਿਲਕੁਲ ਜੀ ਲੈ ਭਰਾਵਾ ਇੱਕ ਲੱਕੀ ਕੂਪਨ ਤੁਹਾਨੂੰ ਸਕੂਟਰੀ ਲੈ ਜਦੋਂ ਲੈ ਕੇ ਜਾਓਗੇ ਉਹ ਜਮੀਂ ਫ੍ਰੀ ਮਿਲਣਾ ਅਤੇ ਉਹਦੇ ਵਿੱਚ ਪਹਿਲਾ ਨਾਮ ਮੇਰੇ ਖਿਆਲ 'ਚ ਬੁਲਟ ਰੱਖਿਆ ਹੋਇਆ ਹਾਂ ਪਹਿਲਾ ਨਾਮ ਬੁਲਟ ਮੋਟਰਸਾਈਕਲ ਆ ਇਲੈਕਟ੍ਰੋਨਿਕ ਸਕੂਟਰੀ ਅਤੇ ਬਾਕੀ ਹੋਰ ਵੀ ਬਹੁਤ ਸਾਰੇ ਨਾਮ ਹੈ ਅਤੇ ਉਹ ਵੀ ਤੁਹਾਨੂੰ ਆ ਜਿਹੜੇ ਦਿੱਤੇ ਜਾਣਗੇ ਮੈਂ ਤਾਂ ਕਰਕੇ ਤੁਹਾਨੂੰ ਕਹਿ ਰਿਹਾ ਸੀ ਵੀ ਵੀਡੀਓ ਤੁਹਾਡੀ ਬਹੁਤ ਜਿਹੜੀ ਕੰਮ ਦੀ ਹੈ ਹੁਣ ਬਾਈ ਜੀ ਆਪਾਂ ਇਹ ਤਾਂ ਜਦੋਂ ਆ ਗਿਆ ਹੋਇਆ ਆਪਣੇ ਲੱਕੀ ਜਿਹੜੇ ਕੂਪਨ ਆਪਾਂ ਦੇਣੇ ਆ ਸਕੂਟਰੀ ਲੈ ਕੇ ਜਾਣਗੇ ਹਾਂਜੀ ਹੁਣ ਸਾਡੇ ਭਰਾ ਜਿਹੜੇ ਵੀਡੀਓ ਨੂੰ ਸ਼ੇਅਰ ਵੀ ਬਹੁਤ ਕਰਨਗੇ ਕਿਉਂਕਿ ਉਹ ਤਾਂ ਲੱਗ ਕੇ ਸ਼ੁਰੂ 'ਚ ਦੇਖਣ ਸਾਰੀ ਸ਼ੇਅਰ ਕਰਨਾ ਬਿਲਕੁਲ ਜੀ ਫਿਰ ਉਹਨਾਂ ਨੂੰ ਯਾਰ ਦੇਖੋ ਬਣਦਾ ਆਪਾਂ ਉਹਨਾਂ ਨੂੰ ਵੀ ਔਫਰ ਦੇਵਾਂਗੇ ਜੀ ਅੱਛਾ ਉਹਨਾਂ ਨੂੰ ਕੀ ਦੇਣਾ ਫਿਰ ਉਹਨਾਂ ਨੂੰ ਵੀ ਦੱਸ ਦਿਓ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰੂਗਾ ਜੀ ਹਾਂ ਠੀਕ ਹੈ ਜੀ ਉਹਨੂੰ ਆਪਾਂ ਇੱਕ ਲੱਕੀ ਕੂਪਨ ਫ੍ਰੀ ਦੇਵਾਂਗੇ ਉਹਨੂੰ ਵੀ ਉਹੀ ਬੁਲਟ ਵਾਲੇ ਹਾਂਜੀ ਬਿਲਕੁਲ ਜੀ ਬਿਲਕੁਲ ਯਾਨੀ ਕਿ ਜਿਹੜਾ ਸਕੂਟਰੀ ਲੈ ਕੇ ਜਾਊਗਾ ਉਹਨੂੰ ਵੀ ਬੁਲਟ ਜਿਹੜਾ ਸ਼ੇਅਰ ਕਰੂ ਉਹਨੂੰ ਵੀ ਬੁਲਟ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਾਡੇ ਕੋਲ ਸਕੂਟਰੀ ਲੈਣਾ ਹੋਊਗਾ ਉਹਨੂੰ ਆਪਾਂ 2 ਲੱਕੀ ਕੂਪਨ ਫ੍ਰੀ ਦੇਵਾਂਗੇ ਜੀ ਲਓ ਭਰਾਵੋ ਮੈਂ ਦੱਸ ਦਿੰਦਾ ਹੁਣ ਜਿਹੜਾ ਤਾਂ ਸਕੂਟਰੀ ਲੈ ਕੇ ਜਾਊ ਬੰਦਾ ਉਹਨੂੰ ਤਾਂ ਲੱਕੀ ਕੂਪਨ ਮਿਲਣਾ ਹੈ ਕਿਉਂ ਜੀ ਇਹੀ ਗੱਲ ਹਾਂਜੀ ਬਿਲਕੁਲ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਭਰਾ ਨੂੰ ਆ ਕੇ ਸਕਰੀਨਸ਼ਾਟ ਦਿਖਾਊਗਾ ਅਤੇ ਸਕੂਟਰੀ ਲੈ ਕੇ ਜਾਊਗਾ ਉਹਨੂੰ 2 ਲੱਕੀ ਕੂਪਨ ਹੈ ਜਿਹੜਾ ਵੀਡੀਓ ਸ਼ੇਅਰ ਕਰੂ ਅਤੇ ਜਿਹੜਾ ਤੁਹਾਨੂੰ ਤੁਸੀਂ ਸਕਰੀਨ 'ਤੇ ਥੱਲੇ ਨੰਬਰ ਦੇਖ ਰਹੇ ਹੋ ਨੰਬਰ ਚੱਲੀ ਜਾਂਦਾ ਉਸ 'ਤੇ ਸਕਰੀਨਸ਼ਾਟ ਹੈ ਜਿਹੜਾ ਸੈਂਡ ਕਰਦੇ ਵੀਡੀਓ ਸ਼ੇਅਰ ਕਰਕੇ ਤਾਂ ਉਸ ਨੂੰ ਵੀ ਵਟਸਐਪ 'ਤੇ ਆਪਾਂ ਲੱਕੀ ਕੂਪਨ ਭੇਜਣਾ ਬਿਲਕੁਲ ਭੇਜਾਂਗੇ ਜੀ ਬਿਲਕੁਲ ਭੇਜਾਂਗੇ ਕਿਉਂਕਿ ਦੇਸ਼ ਵਿਦੇਸ਼ 'ਚੋਂ ਬਹੁਤ ਸਾਰੇ ਸ਼ੇਅਰ ਹੋਣੀ ਹੈ ਕੋਈ ਫੇਕ ਵੀਡੀਓ ਨਹੀਂ ਹੋਊਗੀ ਜੀ ਆਪਣੀ ਜੋ ਕਮਾਂਗੇ ਉਹ ਹੋਏਗਾ ਸਰ ਹਾਂ ਕਿਉਂਕਿ ਬਿਲਕੁਲ ਆਪਣੇ ਦੇ ਲੋਕ ਵਿਸ਼ਵਾਸ ਕਰਦੇ ਆ ਕਰਾਂਗੇ ਤਾਂ ਉਸ ਵਿਸ਼ਵਾਸ ਨੂੰ ਆਪਾਂ ਕਾਇਮ ਰੱਖਣਾ ਲੋਕਾਂ ਵਾਂਗੂ ਗਲਤ ਵੀਡੀਓ ਨਹੀਂ ਪਾਉਂਦੇ ਜੀ ਵੀ ਕਹਿਤਾ ਕੁਛ ਕਰਤਾ ਕੁਛ ਜੋ ਕਮਾਂਗੇ ਉਹ ਹੋਏਗਾ ਬੁਲਟ ਦਾ ਲੱਕੀ ਕੂਪਨ ਬਿਲਕੁਲ ਜੀ ਬਿਲਕੁਲ ਬਿਲਕੁਲ ਭਰਾਵੋ ਤਾਂ ਕਰਕੇ ਮੈਂ ਵਾਰੀ ਵਾਰੀ ਕਹਿ ਰਿਹਾ ਗਾ ਕਿਉਂਕਿ ਬਹੁਤ ਸਾਰੀਆਂ ਨਾ ਫੇਕ ਵੀਡੀਓ ਬਣ ਜਾਂਦੀਆਂ ਅਤੇ ਤਾਂ ਕਰਕੇ ਉਹ ਦੱਸਣਾ ਜ਼ਰੂਰੀ ਹੈ ਵੀ ਬੁਲਟ ਵਾਲਾ ਹੀ ਲੱਕੀ ਕੂਪਨ ਮਿਲੂਗਾ ਜਿਹੜਾ ਸਕੂਟਰੀ ਲੈਣਾ ਉਹਨੂੰ ਵੀ ਉਹੀ ਮਿਲੂਗਾ ਅਤੇ ਜਿਹੜਾ ਬੰਦਾ ਸ਼ੇਅਰ ਕਰੂਗਾ ਉਹਨੂੰ ਵੀ ਉਹੀ ਲੱਕੀ ਕੂਪਨ ਮਿਲੂਗਾ ਜਿਹੜਾ ਦੂਜੇ ਨੂੰ ਮਿਲੂਗਾ ਹਾਂਜੀ ਕਿਸੇ ਨਾਲ ਵੀ ਭੇਦਭਾਵ ਨਹੀਂ ਹੈਗਾ ਮਤਲਬ ਕੋਈ ਭੇਦਭਾਵ ਨਹੀਂ ਹੈਗਾ ਜੀ ਸਾਡੇ ਕੋਲ 28,999 ਦੀ ਸਕੂਟਰੀ ਮਿਲੂਗੀ ਔਰ ਉਹ ਵੀ ਇੱਕ ਚੀਜ਼ ਹੋਰ ਹੈ ਜੀ ਆਸਾਨ ਕਿਸ਼ਤਾਂ 'ਚ ਵੀ ਦੇ ਸਕਦੇ ਹਾਂ ਆਪਾਂ
ਇਹ ਬਣਾ ਰਹੇ ਹਾਂ ਅਤੇ ਹੁਣ ਬਾਈ ਆਪਾਂ ਥੋੜ੍ਹੀ ਜਿਹੀ ਸਕੂਟਰੀਆਂ ਬਾਰੇ ਵੀ ਗੱਲ ਕਰ ਲਈਏ ਵੀ ਕਿਹੜੀ ਆਪਣੇ ਕੋਲ ਬ੍ਰਾਂਡ ਹੈਗੇ ਆ ਅਤੇ ਕੀ ਉਹਨਾਂ ਦੇ ਵਿੱਚ ਫੈਸਿਲਿਟੀਆਂ ਹੈਗੀਆਂ। ਆਪਣੇ ਕੋਲ ਬਹੁਤ ਵਧੀਆ ਬ੍ਰਾਂਡ ਹੈ ਜੀ, ਈਵੀ ਈ ਵਾਈ ਬ੍ਰਾਂਡ ਹੈ ਜੀ, ਈਵੇ ਈਵੇ ਬ੍ਰਾਂਡ, ਹਾਂਜੀ ਬਹੁਤ ਅੱਛਾ ਬ੍ਰਾਂਡ ਹੈ ਜੀ, ਠੀਕ ਹੈ। ਔਰ ਇੱਕ ਚੀਜ਼ ਹੋਰ ਹੈ, ਜਿਹੜਾ ਵੀ ਆਪਾਂ ਤੁਹਾਨੂੰ ਬ੍ਰਾਂਡ ਜਾਂ ਮਾਡਲ ਦੇਵਾਂਗੇ ਆਪਾਂ ਉਹਦਾ ਸਪੇਅਰ ਪਾਰਟ ਵੀ ਦੇਵਾਂਗੇ ਜੀ। ਅੱਛਾ, ਉਹ ਵੀ ਸੁਵਿਧਾ ਹੈ ਜੀ, ਸਾਰਾ ਸਪੇਅਰ ਪਾਰਟ ਮਿਲੂਗਾ। ਮੈਂ ਇਹੀ ਗੱਲ ਕਰਨ ਲੱਗਿਆ ਸੀਗਾ ਵੀ ਰਿਪੇਅਰ ਦੀ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਹੈ। ਬਿਲਕੁਲ ਜੀ, ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜੀ ਰਿਪੇਅਰ ਦੀ। ਆਪਾਂ 9 ਸਾਲ ਪੁਰਾਣੇ ਇੱਥੇ ਬੈਠੇ ਹਾਂ ਜੀ, ਮਤਲਬ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈ। ਇੱਕ ਮੈਂ ਤੁਹਾਨੂੰ ਸੰਦੇਸ਼ ਹੋਰ ਦੇਵਾਂਗਾ ਲੋਕਾਂ ਨੂੰ ਵੀ ਜਿਹੜਾ ਇਹ ਤਿਉਹਾਰਾਂ ਦਾ ਟਾਈਮ ਹੈ, ਦੀਵਾਲੀ ਦਾ ਟਾਈਮ ਹੈਗਾ, ਇਹ ਤੇ ਕੁਛ ਨਾ ਨਵੇਂ ਮਤਲਬ ਦੁਕਾਨਦਾਰ ਜਿਵੇਂ ਕਹਿੰਦੇ ਵੀ ਪੈਦਾ ਹੁੰਦੇ ਹੈਗੇ, ਠੀਕ ਹੈ ਜੀ, ਹਾਂ ਉਹ ਦੀਵਾਲੀ ਦਾ ਸੀਜ਼ਨ ਲਾ ਕੇ ਗਾਇਬ ਹੋ ਜਾਂਦੇ ਹੈ ਔਰ ਲੋਕ ਉਹਨਾਂ ਦੇ ਜਾਲ 'ਚ ਫਸ ਜਾਂਦੇ ਆ। ਜਿਵੇਂ ਕਿ ਇਸ ਟਾਈਮ ਵੀ ਕੁਛ ਥੋੜ੍ਹਾ ਬਹੁਤ ਆਪਣੀ ਮਾਰਕੀਟ ਦੇ ਵਿੱਚ ਵੀ ਨਵੇਂ ਦੁਕਾਨਦਾਰ ਆਏ ਨੇ, ਹੋ ਸਕਦਾ ਉਹੀ ਗੱਲ ਹੈ ਵੀ ਉਹ ਦੀਵਾਲੀ ਲਾ ਕੇ ਭੱਜਾ ਦਾ, ਹਾਂਜੀ ਮਤਲਬ ਭੋਲੇ ਭਾਲੇ ਲੋਕ ਉਹ 'ਚ ਫਸ ਜਾਂਦੇ ਆ ਜੀ 500-400 ਦੇ ਲਾਲਚ ਨਾਲ। ਤਾਂ ਮੇਰੀ ਗੁਜ਼ਾਰਿਸ਼ ਹੈ ਵੀ ਉੱਧਰ ਨਾ ਫਸਣ ਇਸ ਤਰ੍ਹਾਂ ਦੇ ਦੁਕਾਨਦਾਰਾਂ ਵੱਲ, ਠੀਕ ਹੈ, ਔਰ ਜੈਨੂਨ ਦੁਕਾਨ ਤੋਂ ਹੀ ਸਮਾਨ ਲੈਣ। ਇਹ ਵੀ ਬਹੁਤ ਵਧੀਆ ਗੱਲ ਹੈ ਭਰਾ ਨੇ ਦੱਸੀ ਹੈ। ਤਾਂ ਬਿਲਕੁਲ ਤੁਸੀਂ ਕਿਸੇ ਤੋਂ ਵੀ ਸਮਾਨ ਲੈਣਾ ਹੈ, ਦੇਖੋ ਤਾਂ ਬਿਲਕੁਲ ਦੇਖ ਕੇ ਪਰਖ ਕੇ ਵਿਸ਼ਵਾਸ ਕਰਕੇ ਵੀ ਇਹ ਕਿੰਨਾ ਪੁਰਾਣਾ ਹੈ ਨਾ, ਕਿੰਨਾ ਸਮਾਂ ਇਹਨੂੰ ਆਏ ਨੂੰ ਹੋ ਗਿਆ, ਕਿੱਥੇ ਕਿੱਥੇ ਇਹਨੇ ਕੰਮ ਕਰਿਆ, ਤਾਂ ਉਹ ਚੀਜ਼ਾਂ ਸਾਰੀਆਂ ਦੇਖਣੀਆਂ ਬਣਦੀਆਂ। ਬਿਲਕੁਲ ਜੀ ਬਿਲਕੁਲ, ਹੈ ਨਾ, ਤਾਂ ਹਾਂ। ਅਤੇ ਆਪਣੇ ਕੋਲ ਫੈਂਸ ਕਿਹੜੇ ਉਪਲਬਧ ਹੈਗੇ ਆ? ਫੈਂਸ ਆਪਣੇ ਕੋਲ ਬਜਾਜ ਕਾਰਡ 'ਤੇ ਹੈ ਜੀ। ਅੱਜ ਕੱਲ੍ਹ ਬਜਾਜ ਕਾਰਡ ਲਗਭਗ ਸਾਰਿਆਂ ਦਾ ਬਣਿਆ ਹੋਇਆ ਹੈਗਾ, ਇਹਦੀ ਗੱਲ ਨਹੀਂ ਹੈਗੀ। ਉਹਦੇ 'ਤੇ ਆਪਾਂ ਸਿਰਫ 15 ਮਿੰਟਾਂ ਦੇ ਵਿੱਚ ਕਸਟਮਰ ਨੂੰ ਸਕੂਟਰੀ ਦੇ ਕੇ ਘਰ ਭੇਜ ਦਿੰਦੇ ਹਾਂ ਸਿਰਫ ਹੀ। ਹਾਂਜੀ ਦਰਸ਼ਕੋ, ਜਿਵੇਂ ਤੁਹਾਨੂੰ ਦੱਸਿਆ ਸੀ ਨਾ, ਵੀਡੀਓ ਬਹੁਤ ਕੰਮ ਦੀ ਹੈ ਅਤੇ ਵਾਕਈ ਕੰਮ ਦੀ ਹੈ, ਕਿਉਂਕਿ ਮੈਨੂੰ ਕੰਮ ਦੀ ਲੱਗਣ ਲੱਗ ਗਈ ਯਾਰ ਜਿਹੜਾ ਬਣਾ ਰਿਹਾ, ਅਤੇ ਤੁਹਾਨੂੰ ਤਾਂ ਸੁਣ ਕੇ ਕੰਮ ਦੀ ਲੱਗਣੀ ਲੱਗਣੀ ਹੈ, ਹੈ ਨਾ। ਅਤੇ ਹੋਰ ਬਾਈ ਜੀ, ਆਪਾਂ ਸਕੂਟਰੀਆਂ ਦੇ ਆਪਾਂ ਫੈਸਿਲਿਟੀ ਬਾਰੇ ਦੱਸੀਏ ਤਾਂ ਉਹਦੇ ਵਿੱਚ ਕੀ ਕੁਛ ਹੁੰਦਾ? ਜਿਵੇਂ ਅੱਜ ਕੱਲ੍ਹ ਬੜਾ ਕਹਿ ਸਕਦੇ ਮਾਡਰਨ ਜ਼ਮਾਨਾ ਹੈ ਜਿਹੜਾ ਹੈਗਾ, ਹੈ ਨਾ, ਰਿਬੋਟ ਵਗੈਰਾ ਟੱਚ ਵਗੈਰਾ। ਬਹੁਤ ਅੱਛੇ ਮਾਡਲ ਆ ਗਏ ਜੀ ਅੱਜ ਦੇ ਟਾਈਮ। ਸਾਡੇ ਕੋਲ ਇੱਕ ਨਵਾਂ ਮਾਡਲ ਆਇਆ ਜੋ ਸਿਰਫ ਸਾਡੀ ਕੰਪਨੀ ਕੋਲ ਹੈ, ਜੋ ਟੱਚ ਸਕਰੀਨ ਹੈ ਜੀ, GPS ਸਿਸਟਮ ਲੱਗਿਆ ਹੋਇਆ ਹੈਗਾ, ਸਾਰਾ ਕੁਛ ਸਕਰੀਨ 'ਤੇ ਆਏਗਾ, ਕਿਸੇ ਕੋਲ ਇਹ ਮਾਡਲ ਹੈ ਨਹੀਂ ਜੀ ਇਸ ਟਾਈਮ। GPS ਸਿਸਟਮ ਤਾਂ ਭਰਾ ਜੀ ਬਹੁਤ ਵੱਡੀ ਗੱਲ ਹੈ, ਕਿਉਂਕਿ ਅੱਜ ਕੱਲ੍ਹ ਦੇਖੋ ਹੈ ਨਾ, ਬੱਚੇ ਬੱਚੀਆਂ ਸਕੂਟਰੀ ਲੈ ਕੇ ਜਾਂਦੀਆਂ, ਤਾਂ ਕਈ ਵਾਰ ਕੀ ਹੁੰਦਾ ਬੱਚੇ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਆ, ਹੈ ਨਾ, ਆਪਦਾ ਟਿਊਸ਼ਨਾਂ ਅਤੇ ਸਕੂਲਾਂ ਦੇ ਵਿੱਚ ਉਹ ਨਹੀਂ ਪਹੁੰਚਦੇ ਕਿਤੇ ਨਾ ਕਿਤੇ, ਤਾਂ ਉਹ ਆਪਾਂ ਨੂੰ ਮੇਰੇ ਖਿਆਲ 'ਚ ਵੱਡੀ ਮਦਦ ਇਸ ਚੀਜ਼ ਦੇ ਵਿੱਚ ਉਹ ਕਰ ਸਕਦਾ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ, ਹੈ ਨਾ। ਹਾਂ ਬਿਲਕੁਲ, ਇਹ ਬਹੁਤ ਵਧੀਆ। ਅਤੇ ਹੋਰ ਕੀ ਫੈਸਿਲਿਟੀ ਹੈ? ਹੋਰ ਕਾਫੀ ਅੱਛਾ ਜੀ, ਇਹਦੇ 'ਚ ਦੇਖੋ ਬੈਕ ਗੇਅਰ ਹੈ ਜੀ, ਠੀਕ ਹੈ, ਮਤਲਬ ਰਿਮੋਟ ਸਿਸਟਮ ਹੈ, ਕੀਲੈਸ, ਮਤਲਬ ਕੋਈ ਪ੍ਰੋਬਲਮ ਨਹੀਂ ਹੈ। ਡਿਸਕ ਬ੍ਰੇਕ ਅੱਛੇ ਮਾਡਲ ਨੇ ਜੀ, ਮਤਲਬ ਯਾਨੀ ਕਿ ਸਾਰੀਆਂ ਫੈਸਿਲਿਟੀਆਂ ਹੈ ਜੀ, ਬਹੁਤ ਅੱਛੀਆਂ ਫੈਸਿਲਿਟੀਆਂ ਹੈਗੀਆਂ, ਬਹੁਤ ਅੱਛਾ ਬ੍ਰਾਂਡ ਹੈ ਜੀ, ਮਤਲਬ ਇਹ ਗੱਲ ਨਹੀਂ ਹੈ, ਜੋ ਵੀ ਦੇਵਾਂਗੇ ਜੈਨੂਨ ਹੀ ਦੇਵਾਂਗੇ ਜੀ। ਹੁਣ ਭਰਾ ਜੀ ਇੱਕ ਵਾਰੀ ਆਪਣਾ ਐਡਰੈਸ ਅਤੇ ਮੋਬਾਈਲ ਨੰਬਰ ਵਗੈਰਾ ਉਹ ਵੀ ਸ਼ੇਅਰ ਕਰ। ਹਾਂਜੀ ਹਾਂਜੀ, ਸਾਡਾ ਸ਼ੋਰੂਮ ਹੈ ਜੀ ਬਾਲਾ ਜੀ ਮੋਟਰਸ ਦੇ ਨਾਮ 'ਤੇ ਹੈ ਜੀ, ਸਰਦੂਲਗੜ੍ਹ, ਸਰਸਾ ਰੋਡ ਸਰਦੂਲਗੜ੍ਹ, ਠੀਕ ਹੈ ਜੀ। ਸਾਡਾ ਫੋਨ ਨੰਬਰ ਹੈ ਜੀ 9255160016, ਦੂਸਰਾ ਫੋਨ ਨੰਬਰ ਹੈ ਜੀ 9876488546। ਇਹ ਦੋ ਨੰਬਰ ਸਾਡੇ ਸ਼ੋਰੂਮ ਦੇ ਹੈ ਜੀ, ਜਦੋਂ ਵੀ ਮਰਜ਼ੀ ਕੋਈ ਵੀ ਕਸਟਮਰ ਸਾਡੇ ਨਾਲ ਕਾਲ ਕਰਕੇ ਇਹਦੀ ਜਾਣਕਾਰੀ ਲੈ ਸਕਦਾ ਹੈ। ਬਿਲਕੁਲ ਜੀ ਬਿਲਕੁਲ, ਤੁਹਾਨੂੰ ਦੱਸਤਾ ਵੀ ਤੁਸੀਂ ਦਿੱਤੇ ਗਏ ਐਡਰੈਸ ਦੇ ਉੱਪਰ ਪਹੁੰਚ ਸਕਦੇ ਹੋ, ਅਤੇ ਇਹਨਾਂ ਮੋਬਾਈਲ ਨੰਬਰਾਂ ਦੇ ਉੱਪਰ ਤੁਸੀਂ ਆਪਣੇ ਸਕਰੀਨਸ਼ੋਟ ਹੈ ਜਿਹੜੇ ਸ਼ੇਅਰ ਕਰਕੇ ਉਹ ਸੈਂਡ ਕਰ ਸਕਦੇ ਹੋ, ਅਤੇ ਹੋਰ ਜਾਣਕਾਰੀ ਲੈਣੀ ਹੈ ਤਾਂ ਵੀ ਇਹਨਾਂ ਮੋਬਾਈਲ ਨੰਬਰਾਂ 'ਤੇ ਹੀ ਤੁਸੀਂ ਜਿਹੜੀ ਕਾਲ ਹੈ ਕਰ ਸਕਦੇ ਹੋ। ਤਾਂ ਇਹਨਾਂ ਮੋਬਾਈਲ ਨੰਬਰਾਂ ਤੋਂ ਹੋਰ ਕੋਈ ਵੀ ਜਿਹੜਾ ਸ਼ੋਰੂਮ ਦਾ ਮੋਬਾਈਲ ਨੰਬਰ ਨਹੀਂ ਹੈਗਾ ਤਾਂ ਕਿਤੇ ਨਾ ਕਿਤੇ ਕਈ ਵਾਰੀ ਗਲਤ ਆਂਸਰ ਹੈ। ਬਾਲਾ ਜੀ ਮੋਟਰ ਦੇ ਨਾਮ ਤੋਂ ਲੈ ਕੇ ਤੁਹਾਨੂੰ ਕਿਸੇ ਠੱਗੀ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਉਹ ਕਿਸੇ ਵੀ ਠੱਗੀ ਦਾ ਸ਼ਿਕਾਰ ਹੈ ਜਿਹੜਾ
ਤੁਸੀਂ ਨਾ ਹੋਇਓ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਇਹ ਕਹਿਣ ਦੀ ਵੀ ਕੋਸ਼ਿਸ਼ ਕਰਨਗੇ ਵੀ ਸਾਡੀ ਤਾਂ ਇੱਕ ਗੱਲ ਹੈ ਬਾਲਾ ਜੀ ਵਾਲੇ ਨਾਲ, ਸਾਡਾ ਹੀ ਬ੍ਰਾਂਡ ਹੈ, ਸਾਡੇ ਨਾਲ ਅਸੀਂ ਇਕੱਠੇ ਚੱਲਦੇ ਹਾਂ, ਤਾਂ ਇੱਦਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ। ਹੇਠਾਂ ਦਿੱਤੇ ਨੰਬਰਾਂ 'ਤੇ ਇੱਕ ਵਾਰੀ ਕਾਲ ਕਰਕੇ ਜਾਣਕਾਰੀ ਪ੍ਰਾਪਤ ਹੈ ਜਿਹੜੀ ਜ਼ਰੂਰ ਕਰ ਲਿਓ, ਪਤਾ ਜ਼ਰੂਰ ਕਰ ਲਿਓ, ਕਿਉਂਕਿ ਫੇਕ ਦੁਨੀਆ ਤੋਂ ਬਚਣਾ ਆਪਣਾ ਖੁਦ ਦਾ ਜਿਹੜਾ ਕੰਮ ਹੈਗਾ ਖੁਦ ਹੀ ਆਪਾਂ ਬਚ ਸਕਦੇ ਹਾਂ, ਅਤੇ ਤੁਹਾਨੂੰ ਅਸੀਂ ਬਚਾਉਣ ਦਾ ਰਾਸਤਾ ਜਿਹੜਾ ਦਿਖਾ ਸਕਦੇ ਹਾਂ ਬਚਣ ਵਾਸਤੇ, ਪਰ ਬਚਣਾ ਤੁਸੀਂ ਖੁਦ ਹੈ। ਤਾਂ ਤੁਸੀਂ ਵਿਸ਼ਵਾਸ ਕਰਕੇ ਇੱਕ ਵਾਰੀ ਦੇਖ ਕੇ ਪਰਖ ਕੇ ਸਕੂਟਰੀ ਲੈਣ ਵਾਸਤੇ ਬਾਲਾ ਜੀ ਮੋਟਰ ਦੇ ਉੱਪਰ ਹੈ ਜਿਹੜਾ ਪਹੁੰਚੋ, ਤਾਂ ਜਿੱਥੇ ਤੁਹਾਨੂੰ ਵੱਡੇ ਡਿਸਕਾਊਂਟ ਆ ਜਿਹੜੇ ਮਿਲਣਗੇ 28,999 ਰੁਪਏ ਦੀ ਸਕੂਟਰੀ ਜਿੱਥੇ ਮਿਲੂਗੀ, ਤਾਂ ਉੱਥੇ ਨਾਲ ਤੁਹਾਨੂੰ ਇੱਕ ਬੁਲਟ ਜਿੱਤਣ ਦਾ ਮੌਕਾ ਵੀ ਮਿਲੂਗਾ, ਅਤੇ ਇਕੱਲਾ ਬੁਲਟ ਨਹੀਂ ਹੋਰ ਵੀ ਬਹੁਤ ਸਾਰੇ ਨਾਮ ਆ ਉਸ ਲੱਕੀ ਕੂਪਨ ਦੇ ਵਿੱਚ ਹੈਗੇ, ਤੁਹਾਨੂੰ ਜਿਹੜੇ ਜਿੱਤਣ ਦਾ ਮੌਕਾ ਮਿਲੂਗਾ। ਇਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਤਾਂ ਤੁਹਾਨੂੰ ਫਿਰ ਦੁਬਾਰਾ ਗੁਜਾਰਿਸ਼ ਕਰਾਂਗੇ ਬਾਲਾ ਜੀ ਮੋਟਰਜ਼ ਲਹਿਰੀ ਵਾਲਿਆਂ ਦਾ ਜਿਹੜਾ ਇਲੈਕਟ੍ਰੋਨਿਕ ਸਕੂਟਰੀਆਂ ਦਾ ਸ਼ੋਰੂਮ ਸਰਦੂਲਗੜ੍ਹ ਦੇ ਸ਼ਹਿਰ ਦੇ ਵਿੱਚ ਬਹੁਤ ਮਸ਼ਹੂਰ ਆ, ਕੋਈ ਵੀ ਆ ਕੇ ਵੀਰ ਪੁੱਛਣਾ ਚਾਹੁੰਦਾ ਤਾਂ ਬਾਲਾ ਜੀ ਮੋਟਰਜ਼ ਲਹਿਰੀ ਵਾਲਿਆਂ ਦਾ ਸ਼ੋਰੂਮ ਆ, ਕਹਿੰਦੇ ਵੀ ਅਸੀਂ ਉਸ ਸ਼ੋਰੂਮ 'ਤੇ ਪਹੁੰਚਣਾ, ਤਾਂ ਤੁਹਾਨੂੰ ਉਸ ਸ਼ੋਰੂਮ ਦੇ ਵਿੱਚ ਪਹੁੰਚਾਉਣ ਵਾਸਤੇ ਮਦਦ ਹੈ ਜਿਹੜੀ ਕੀਤੀ ਜਾਊਗੀ। ਤਾਂ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ, ਨਵੀਂ ਅਪਡੇਟ ਦੇ ਨਾਲ। ਵੀਡੀਓ ਦੇਖਣ ਵਾਲੇ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਅਤੇ ਤੁਹਾਡਾ ਵੀ ਭਰਾ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਕੀਮਤੀ ਸਮਾਂ ਦੇਣ ਵਾਸਤੇ। ਧੰਨਵਾਦ।